ਕੋਰੋਨਾ ਵਾਇਰਸ ਦੇ ਚੱਲਦੇ ਬਣੇ ਦਹਿਸ਼ਤ ਦੇ ਮਾਹੌਲ ਨੂੰ ਲੈ ਕੇ ਸਰਕਾਰਾਂ ਦੇ ਵੱਲੋਂ ਕਈ ਆਦੇਸ਼ ਜਾਰੀ ਕੀਤੇ ਗਏ ਨੇ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਹਰ ਕਿਸੇ ਨੂੰ ਇਸ ਤੋਂ ਬਚਣ ਦੇ ਲਈ ਇਤਿਹਾਤ ਵਰਤਣਾ ਚਾਹੀਦਾ ਤੇ ਇਸੇ ਦੇ ਦਰਮਿਆਨ ਹੀ ਹੁਣ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਵੀ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਨੇ ਬੜੀ ਮਾਰ ਪਾਈ ਹੋਈ ਵਿਸ਼ੇ ਦੇ ਵਿੱਚ, ਕੀ ਕਹਿਣਾ ਇੱਥੇ ਤੁਹਾਡਾ? ਦੇਖੋ, ਪਹਿਲਾਂ ਤਾਂ ਇਹਦੇ 'ਚ ਜਿੰਨਾ ਵੀ ਇਹਤਿਆਤ ਕੀਤਾ ਜਾਵੇ ਓਨਾ ਹੀ ਥੋੜ੍ਹਾ ਹੈ। ਔਰ ਇਹਦੇ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਇੰਨਾ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਹੈ। ਲੋੜ ਇਹ ਜ਼ਰੂਰ ਹੈ ਕਿ ਉਹਦੇ ਲਈ ਅਵੇਅਰ ਹੋਣਾ, ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਔਰ ਜਿੰਨਾ ਵੀ ਵੱਧ ਤੋਂ ਵੱਧ ਸੰਭਵ ਹੋਵੇ ਕਿ ਅਸੀਂ ਬਾਹਰ ਜਾਣ 'ਤੇ ਔਰ ਕੰਮਾਂ ਨੂੰ ਕਰਕੇ ਘਰ ਤੋਂ ਹੀ ਆਪਣੇ ਸਾਰੇ ਕੰਮ ਚਲਾਈਏ, ਔਰ ਅਸੀਂ ਜਿੰਨਾ ਵੀ ਕਿਸੇ ਦੂਸਰੇ ਦੇ ਸੰਪਰਕ 'ਚ ਆਉਣ ਤੋਂ ਬਚ ਸਕਦੇ ਹਾਂ ਓਨਾ ਬਚਣ ਦੀ ਕੋਸ਼ਿਸ਼ ਕਰੀਏ। ਇਹਦੇ 'ਚ ਬਚਾਓ ਦੇ ਵਿੱਚ ਹੀ ਬਚਾਓ ਹੈ। ਔਰ ਅਗਰ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਬੁਖਾਰ 'ਚ ਜ਼ੁਕਾਮ ਭਾਵ ਜਦੋਂ ਬੁਖਾਰ ਦੀ ਸ਼ਕਲ ਲੈ ਲੈਂਦਾ, ਉਹਨੂੰ ਕਿਤੇ ਤਕਲੀਫ ਹੁੰਦੀ ਹੈ, ਤਾਂ ਉਹਦੇ ਲਈ ਜਲਦ ਤੋਂ ਜਲਦ ਜਿਹੜਾ ਆ ਉਹ ਸਿਵਲ ਹੋਸਪਿਟਲ ਦੇ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਕਿ ਉਹਦਾ ਸਮੇਂ ਰਹਿੰਦੇ ਉਹਨੂੰ ਪ੍ਰਕੋਸ਼ਨ ਲੈ ਜਾ ਸਕੇ ਔਰ ਦੂਸਰਿਆਂ ਨੂੰ ਬਚਾਇਆ ਵੀ ਜਾ ਸਕਦਾ, ਕਿਉਂਕਿ ਇਹਦਾ ਬਹੁਤ ਜਲਦੀ ਸੰਪਰਕ ਆਉਣ ਦੇ ਨਾਲ ਇਹ ਫੈਲਦਾ ਆ। ਅਸੀਂ ਦੇਖਦੇ ਹਾਂ ਕਿ ਥੋੜ੍ਹਾ ਜਿਹਾ ਵੀ ਅਗਰ ਇਹਦੇ 'ਚ ਕੁਤਾਹੀ ਹੁੰਦੀ ਹੈ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਉਹਦੇ 'ਚ ਬਹੁਤ ਸਾਰੀਆਂ ਸਾਡੇ ਕੋਈ ਇਗਜ਼ਾਮਪਲਾਂ ਇਸ ਵੇਲੇ ਹੈ। ਸੋ ਇਹਦੇ 'ਚ ਜਿੰਨਾ ਵੀ ਅਸੀਂ ਬਚ ਸਕਦੇ ਹਾਂ ਓਨਾ ਬਚਣ ਦੀ ਲੋੜ ਹੈ। ਪ੍ਰਧਾਨ ਮੰਤਰੀ ਜੀ ਨੇ ਇਹਦੇ ਲਈ ਕੱਲ੍ਹ ਭਾਵ 22 ਤਰੀਕ ਨੂੰ 22 ਮਾਰਚ ਨੂੰ ਜਨਤਾ ਵੱਲੋਂ ਇੱਕ ਜਨਤਾ ਕਰਫਿਊ ਦਾ ਅਹਿਵਾਨ ਕੀਤਾ ਆ ਕਿ ਅਸੀਂ ਸਾਰੇ ਹੀ ਇਸ ਦਾ ਆਪਣੇ ਘਰਾਂ ਵਿੱਚ ਬੈਠ ਕੇ ਹੀ ਆਪਣੇ ਆਪ ਨੂੰ ਅਲੱਗ ਥਲੱਗ ਕਰੀਏ ਔਰ ਕਰਫਿਊ ਵਾਂਗ ਮਾਹੌਲ ਬਣਾਈਏ ਤਾਂ ਕਿ ਇਹਨੂੰ ਇੱਕ ਸੰਦੇਸ਼ ਇਸ ਪਾਸੋਂ ਵੀ ਹੈ ਕਿ ਅਸੀਂ ਇਹਨੂੰ ਫੈਲਾਉਣ ਤੋਂ ਜਿੰਨਾ ਵੀ ਰੋਕ ਸਕਦੇ ਹਾਂ ਇਹ ਫੈਲੇ ਨਾ, ਉਹਦੀ ਰੋਕਥਾਮ ਦੇ ਲਈ ਅਸੀਂ ਆਪਣੇ ਅੱਗੇ ਆਈਏ ਕਰੀਏ। ਔਰ ਨਾਲ ਨਾਲ ਇਹ ਜਿਹੜਾ 7 ਤੋਂ 9 ਵਜੇ ਤੱਕ ਉਹਨਾਂ ਨੇ ਆਪਣੇ ਘਰਾਂ ਵਿੱਚ ਰਹਿਣ ਦੇ ਲਈ ਕਿਹਾ ਔਰ ਨਾਲ 5 ਵਜੇ ਸਾਰਿਆਂ ਨੂੰ ਇਹ ਵੀ ਆਹਵਾਨ ਕੀਤਾ ਕਿ ਆਪਣੇ ਘਰਾਂ ਦੀਆਂ ਛੱਤਾਂ 'ਤੇ, ਘਰਾਂ ਦੀਆਂ ਖਿੜਕੀਆਂ 'ਚ ਜਾਂ ਬਾਹਰ ਉਹਦੇ 'ਚ ਆ ਕੇ, ਪਰ ਘਰ ਦੇ ਅੰਦਰ ਰਹਿ ਕੇ ਹੀ ਬਾਕੀ ਸਾਰੇ ਲੋਕਾਂ ਨੂੰ ਇੱਕ ਦੂਸਰੇ ਨਾਲ ਤਾਲਮੇਲ ਮਿਲਾ ਕੇ ਤਾੜੀਆਂ ਦੇ ਨਾਲ, ਝੰਡੇ ਦੇ ਨਾਲ ਬਰਤਨ ਖੜਕਾ ਕੇ, ਭਾਵ ਉਹਦਾ ਮਤਲਬ ਇਹ ਹੈ ਕਿ ਅਸੀਂ ਪੂਰੀ ਤਰ੍ਹਾਂ ਆਪਣੀ ਹਿੰਮਤ ਰੱਖ ਕੇ ਬੈਠੇ ਹਾਂ ਔਰ ਇਸ ਜਿਹੜੀ ਹੈ ਬਿਮਾਰੀ ਦੇ ਨਾਲ ਪੂਰੀ ਤਰ੍ਹਾਂ ਲੜਨ ਲਈ ਤਿਆਰ ਹਾਂ। ਇਸ ਹੌਸਲੇ ਦੇ ਨਾਲ ਇਸ ਸਮੱਸਿਆ ਦਾ ਅਸੀਂ ਸਮਾਧਾਨ ਕਰਾਂਗੇ, ਇਸ ਭਾਵਨਾ ਦੇ ਨਾਲ ਉਹਨਾਂ ਨੇ ਇੱਕ ਪ੍ਰਧਾਨ ਮੰਤਰੀ ਜੀ ਨੇ ਪੂਰੇ ਦੇਸ਼ ਨੂੰ ਆਹਵਾਨ ਕੀਤਾ। ਸੋ ਮੈਂ ਪ੍ਰਧਾਨ ਮੰਤਰੀ ਜੀ ਦੇ ਉਸ ਆਹਵਾਨ ਨੂੰ ਆਪਣੇ ਉਹਨਾਂ ਦੇ ਨਾਲ ਮੈਂ ਜੋੜਦਾ ਹੋਇਆ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਕੀਤਾ ਅਸੀਂ ਉਹਨਾਂ ਦਾ ਸਹਿਯੋਗ ਕਰੀਏ। ਔਰ ਕਰੋਨਾ ਵਾਇਰਸ ਇੱਕ ਜਿਹੜਾ ਬਹੁਤ ਵੱਡੀ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਂਮਾਰੀ ਦੇ ਰੂਪ ਦੇ ਵਿੱਚ ਵੱਧ ਅੱਗੇ ਆਇਆ, ਉਸ ਨੂੰ ਰੋਕਣ ਦੇ ਵਿੱਚ ਇੱਕ ਅਸੀਂ ਸਹਾਇਕ ਹੋਈਏ ਔਰ ਇਹ ਕਿਸੇ ਤਰੀਕੇ ਨਾਲ ਫੈਲੇ ਨਾ। ਅਗਰ ਕਿਸੇ ਨੂੰ ਵੀ ਐਸੀ ਬਿਮਾਰੀ ਹੁੰਦੀ ਹੈ ਤਾਂ ਉਹ ਜਿੱਥੇ ਆਪਣਾ ਸੂਚਨਾ ਦੇਵੇ ਉੱਥੇ ਆਪਣੇ ਆਪ ਨੂੰ ਬਾਕੀ ਪਰਿਵਾਰ ਦੇ ਨਾਲੋਂ, ਸਮਾਜ ਨਾਲੋਂ ਆਪਣੇ ਆਪ ਨੂੰ ਵੈਸੇ ਹੀ ਅਲੱਗ ਕਰਕੇ ਜਿਹੜਾ ਉਹ ਆਈਸੋਲੇਸ਼ਨ ਦੇ ਵਿੱਚ ਚਲੇ ਜਾਵੇ, ਉਹ ਵੀ ਇੱਕ ਬਹੁਤ ਜ਼ਰੂਰੀ ਜਿਹੜਾ ਸਾਨੂੰ ਕਰਨ ਵਾਲਾ ਕੰਮ ਹੈ। ਸੰਪਲਾ ਜੀ, ਸਰਕਾਰ ਵੱਲੋਂ ਲੱਖ ਵਾਧੇ ਕੀਤੇ ਜਾਂਦੇ ਆ, ਦੇਖਿਆ ਜਾਵੇ ਤਾਂ ਆਪਾਂ ਕੱਲ੍ਹ 4 ਪਿੰਡ ਘੁੰਮੇ ਸੀ, ਉਹ ਕਹਿੰਦੇ ਨਾ ਕੋਈ ਸਾਨੂੰ ਇੱਥੇ ਦੱਸਣ ਆਇਆ ਨਾ ਅਵੇਅਰ ਕਰਨ ਆਇਆ, ਕਿੰਨੀ ਕੁ ਸਕਸ਼ਮ ਰਹੀ ਹੈ ਸਰਕਾਰ ਇਸ ਪ੍ਰਤੀ? ਦੇਖੋ, ਪੰਜਾਬ ਸਰਕਾਰ ਨੂੰ ਮੈਂ ਦੇਖ ਰਿਹਾ ਕਿ ਆਹਵਾਨ ਤਾਂ ਕਰ ਰਹੀ ਹੈ ਪਰ ਜਿੱਥੇ ਤੱਕ ਉਹਨਾਂ ਨੂੰ ਆਪਣੇ ਇੰਤਜ਼ਾਮ ਕਰਨ ਦੀ ਲੋੜ ਹੈ ਉੱਥੇ ਤੱਕ ਸ਼ਾਇਦ ਡਾਕਟਰ ਜਾਂ ਸਿਵਲ ਹਸਪਤਾਲਾਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਮੇਰੇ ਕੋਲ ਬੈਠਿਆ, ਹੁਣ ਤੁਹਾਡੇ ਬੈਠਿਆਂ ਦੇ ਉੱਤੇ ਵੀ ਮੇਰੇ ਕੋਲ ਕੁਛ 2-4 ਫੋਨ ਉਹਨਾਂ ਡਾਕਟਰਾਂ ਦੇ ਆਏ ਆ ਕਿ ਜਿਹੜੇ ਡਾਕਟਰ ਖੁਦ ਦੂਸਰਿਆਂ ਦੇ ਇਲਾਜ ਕਰਦੇ ਆ, ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹਦਾ ਕਰਨਾ ਕੀ ਹੈ, ਕਿ ਇਹਦੇ ਲਈ ਅਸੀਂ ਕਿਹਨੂੰ ਅਪਰੋਚ ਕਰੀਏ। ਸੋ ਜਿਹੜੇ ਜਿੱਥੇ ਇੱਕ ਇਸ ਚੀਜ਼ ਦੀ ਵੀ ਕਮੀ ਹੈ ਔਰ ਉੱਥੇ ਜਦੋਂ ਅਸੀਂ ਥੋੜ੍ਹਾ ਜਿਹਾ ਦੁੱਖ ਵੀ ਹੁੰਦਾ ਹੈ ਕਿ ਸਮਾਨ ਜਿਹੜਾ ਹੈ ਪ੍ਰੋਪਰ ਜਿਹੜਾ ਉਹਨਾਂ ਕੋਲ ਇੰਤਜ਼ਾਮ ਹੀ ਨਹੀਂ। ਅਗਰ ਸਿਵਲ ਹਸਪਤਾਲ ਹੁਸ਼ਿਆਰਪੁਰ ਹੀ ਜਾ ਕੇ ਦੇਖੀਏ, ਉੱਥੇ ਗੰਦਗੀ ਸਫਾਈ ਦਾ ਕੋਈ ਇੰਤਜ਼ਾਮ ਨਹੀਂ ਹੈ, ਕੋਈ ਪ੍ਰੋਪਰ ਉੱਥੇ ਉਹਨਾਂ ਕੋਲ ਜਿਹੜਾ, ਕਿਉਂਕਿ ਬਹੁਤ ਸਾਰੇ ਲੋਕ ਜਾ ਕੇ ਮੇਰੇ ਕੋਲ ਆਏ ਵੀ ਉੱਥੇ ਤਾਂ ਸਾਨੂੰ ਕੋਈ ਪੁੱਛਣ ਵਾਲਾ ਵੀ ਨਹੀਂ ਹੈ। ਇਹ ਇੱਕ ਜਿਹੜੀ ਕਮੀ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ,
पर मैं ये कहांगा कि एक कला असी उन्हां दे उत्ते निर्भर ना रखिए, असी अपने आप नूं भी कुछ ना कुछ करन दी जिहड़ी रखिए, उहदे च अपना योगदान पाइए। और नाल मैं ये भी कहांगा कि अगर असी 14 दिन इस नूं अपने समाज जिहनूं किते प्रभावित हुंदा है ਉਹ ਪੂਰੀ ਤਰ੍ਹਾਂ ਜਿਹੜਾ ਮਾਨਸਿਕ ਰੂਪ 'ਚ ਵੀ ਤਿਆਰ ਹੋਵੇ ਕਿ ਮੈਂ ਇਸ ਬਿਮਾਰੀ ਨਾਲ ਲੜਨਾ, ਔਰ ਅਗਰ ਉਹ ਇਸ ਤਰੀਕੇ ਨਾਲ ਕਰਦਾ ਤਾਂ 14 ਦਿਨ ਦੇ ਪ੍ਰਭਾਵ ਤੋਂ ਬਾਅਦ ਇਹਦਾ ਆਪਣੇ ਆਪ ਪ੍ਰਭਾਵ ਖਤਮ ਹੋ ਜਾਂਦਾ। ਸੋ ਇਹਦੇ 'ਚ ਬਹੁਤ ਸਾਰੇ ਲੋਕ ਇਸ ਬਿਮਾਰੀ ਤੋਂ ਬਾਹਰ ਉੱਭਰ ਕੇ ਵੀ ਆਏ ਨੇ, ਔਰ ਮੈਂ ਇਹ ਕਹਾਂਗਾ ਕਿ ਇਹਦੇ 'ਚ ਹਿੰਮਤ ਰੱਖਣ ਦੀ ਬਹੁਤ ਵੱਡੀ ਲੋੜ ਹੈ। ਸੋ ਚਾਹੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਇੰਤਜ਼ਾਮ ਕਰਨ ਦੇ ਵਿੱਚ ਨਾਕਾਮ ਰਹੀ ਹੈ, ਪਰ ਅਸੀਂ ਆਪਣੇ ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਇਹ ਚਾਹੀਦਾ ਕਿ ਅਸੀਂ ਆਪ ਮਜ਼ਬੂਤ ਹੋਈਏ ਔਰ ਦੂਸਰਿਆਂ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਸਹਾਇਤਾ ਕਰੀਏ। ਸਰ, ਇੱਕ ਕਾਲਾ ਬਾਜ਼ਾਰੀ ਦਾ ਬਹੁਤ ਦੇਖਣ ਵਾਲਾ ਹੈਂਡ ਸੈਨੇਟਾਈਜ਼ਰ ਜਾਂ ਮਾਸਕ ਦੀ ਜਿਹੜੀ ਦੁੱਗਣੇ ਤਿੱਗਣੇ ਰੇਟਾਂ 'ਤੇ ਉਹਦੀ ਵਿਕਰੀ ਹੋਈ ਹੈ। ਸਿਵਲ ਹੋਸਪਿਟਲ ਵਿੱਚ ਵੀ ਨਹੀਂ ਮਿਲੀ। ਅੱਜ ਦੀ ਡੇਟ ਦੇ ਵਿੱਚ ਤਾਂ ਮੈਂ ਕੱਲ੍ਹ ਦਿੱਲੀ ਦੇ ਵਿੱਚ ਬੜਾ ਲੱਭਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਮੈਨੂੰ ਕੁਛ ਲੋਕਾਂ ਦਾ ਫੋਨ ਆ ਰਿਹਾ ਸੀ ਕਿ ਸਾਨੂੰ ਹੁਸ਼ਿਆਰਪੁਰ 'ਚ ਸੈਨੇਟਾਈਜ਼ ਦੀ ਲੋੜ ਹੈ, ਪਰ ਮੈਂ ਬੜੀ ਕੋਸ਼ਿਸ਼ ਕੀਤੀ ਕਿ ਲੱਭੇ ਔਰ ਅਸੀਂ ਵੰਡਣ ਦੀ ਕੋਸ਼ਿਸ਼ ਕਰੀਏ, ਪਰ ਸਾਨੂੰ ਉਹ ਨਹੀਂ ਮਿਲੇ। ਸੋ ਮੈਂ ਇਸ ਚੀਜ਼ ਦੀ ਕਮੀ ਤਾਂ ਮੈਨੂੰ ਵੀ ਖਲੀ ਹੈ, ਕਿਉਂਕਿ ਅੱਜ ਮੈਂ ਵੀ ਪੂਰੇ ਘਰ ਦੇ ਵਿੱਚ ਸਾਡੇ ਸੈਨੇਟਾਈਜ਼ਰ ਖਤਮ ਹੋ ਚੁੱਕਾ ਹੈ, ਔਰ ਪਰ ਇਹੀ ਹੈ ਕਿ ਅਸੀਂ ਹਰ 10-15 ਮਿੰਟ ਬਾਅਦ ਹੱਥ ਧੋਣ ਦੇ ਲਈ ਔਰ ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਉਸ ਤੋਂ ਬਾਅਦ ਹੱਥ ਧੋਂਦੇ ਹਾਂ ਤਾਂ ਕਿ ਆਪਣੇ ਆਪ ਨੂੰ ਅਸੀਂ ਇੰਨੇ ਤਰ੍ਹਾਂ ਸੁਰੱਖਿਅਤ ਕਰ ਸਕੀਏ। ਸੋ ਇਹ ਇੱਕ ਬਹੁਤ ਵੱਡੀ ਕਮੀ ਹੈ, ਔਰ ਸਰਕਾਰ ਨੂੰ ਮੈਂ ਕਹਾਂਗਾ ਕਿ ਇਹਦੇ ਉੱਤੇ ਵੀ ਜਿੰਨਾ ਜਲਦ ਕੰਟਰੋਲ ਕੀਤਾ ਜਾਵੇ ਔਰ ਮਟੀਰੀਅਲ ਨੂੰ ਮਾਰਕੀਟ 'ਚ ਵੱਧ ਤੋਂ ਵੱਧ ਭੇਜਿਆ ਜਾਵੇ। ਔਰ ਇਹ ਇਕੱਲੀ ਸਮੱਸਿਆ ਸਾਡੇ ਨਹੀਂ, ਪੂਰੀ ਦੁਨੀਆ ਦੇ ਵਿੱਚ ਹੈ, ਇਸ ਨੂੰ ਅਸੀਂ ਸਮਝਦੇ ਹਾਂ। ਔਰ ਮੈਨੂਫੈਕਚਰ ਭਰਾਵਾਂ ਨੂੰ ਵੀ ਤਾਂ ਅਸੀਂ ਕਹਾਂਗੇ ਕਿ ਇਹਨਾਂ ਚੀਜ਼ਾਂ ਦਾ ਖਿਆਲ ਕਰਦੇ ਹੋਏ, ਕਿਉਂਕਿ ਬਹੁਤ ਸਾਰੀ ਜਗ੍ਹਾ ਦੇ ਉੱਤੇ ਬਾਕੀ ਦੂਸਰੇ ਸੂਬਿਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਜ਼ਰੂਰੀ ਵਸਤਾਂ ਵਾਂਗੂ ਉਹਦੇ ਕੰਟਰੋਲ ਪ੍ਰਾਈਸ ਕੰਟਰੋਲ ਵੀ ਕੀਤੇ ਆ, ਪਰ ਇੱਥੇ ਹੁਸ਼ਿਆਰਪੁਰ 'ਚ ਸ਼ਾਇਦ ਜਾਂ ਪੰਜਾਬ 'ਚ ਇਸ ਨੂੰ ਪੂਰੀ ਤਰ੍ਹਾਂ ਜਿਹੜੀ ਗੌਰ ਕਰਨ ਦੀ ਲੋੜ ਸੀ ਉਹ ਪੰਜਾਬ ਸਰਕਾਰ ਨੇ ਨਹੀਂ ਕੀਤਾ। ਬਿਊਰੋ ਰਿਪੋਰਟ, ਦੈਨਿਕ ਸਵਰਾ ਟੀਵੀ। ਆਲ ਵਰਲਡ ਓਪਨ ਚੈਲੰਜ 17-time ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।